ਦੇਖੋ, ਅੱਜ ਕੱਲ੍ਹ ਲੈਂਸ ਲਗਾਉਣ 'ਚ ਕੋਈ ਦਿੱਕਤ ਨਹੀਂ ਹੈ, ਸਹੀ ਗਲਤ ਵਾਲੀ ਗੱਲ ਨਹੀਂ ਹੈ, ਪਰ ਉਹਦਾ ਧਿਆਨ ਰੱਖਣਾ ਜ਼ਰੂਰੀ ਆ। ਆਪਾਂ ਇੱਕ ਲੈਂਸ ਵੱਡੀ ਫੋਰਨ ਬੋਡੀ ਵਾਂਗ ਨਾ, ਆਪਾਂ ਬਾਹਰੋਂ ਇੱਕ ਚੀਜ਼ ਅੱਖ ਦੇ ਅੰਦਰ ਪਾ ਰਹੇ ਹਾਂ, ਤਾਂ ਉਹਦੀ ਸਾਫ਼ ਸਫਾਈ, ਸਾਫ਼ ਸੰਭਾਲ ਬਹੁਤ ਜ਼ਰੂਰੀ ਹੈ। ਉਹਦੇ ਲਈ ਮੈਂ ਇਹ ਦੱਸਣਾ ਚਾਹਾਂਗੀ, ਅੱਜ ਕੱਲ੍ਹ ਸਪੈਸ਼ਲੀ ਜਿਵੇਂ ਤੁਸੀਂ ਕਿਹਾ ਕਿ ਰੇਨੀ ਸੀਜ਼ਨ ਹੈ, ਹੈ ਨਾ, ਮੌਸਮ ਹੋ ਜਾਏ, ਗਰਮੀ ਦਾ ਮੌਸਮ ਹੈ, ਇਹ 'ਚ ਇਨਫੈਕਸ਼ਨ ਦੇ ਚਾਂਸ ਜ਼ਿਆਦਾ ਹੁੰਦੇ ਆ। ਤਾਂ ਜਿਹੜਾ ਵੀ ਆਪਾਂ ਲੈਂਸ ਯੂਜ਼ ਕਰੀਏ, ਉਹਦਾ ਨਾ ਇੱਕ ਸਲਿਊਸ਼ਨ ਆਉਂਦਾ, ਉਹਦਾ ਇੱਕ ਕੇਸ ਹੁੰਦਾ ਜਿਹ 'ਚ ਆਪਾਂ ਉਹਨੂੰ ਰੱਖੀਦਾ, ਤਾਂ ਉਹਦਾ ਪਾਣੀ ਰੋਜ਼ ਚੇਂਜ ਹੋਣਾ ਚਾਹੀਦਾ, ਅਤੇ ਹੱਥ ਸਾਫ਼ ਕਰਕੇ ਲੈਂਸ ਪਾਉਣੇ ਹੈ, ਅਤੇ ਹੱਥ ਸਾਫ਼ ਕਰਕੇ ਲੈਂਸ ਉਤਾਰਨੇ ਹੈ। ਅਤੇ ਬਾਈ ਚਾਂਸ ਜੇ ਅੱਖ ਦੇ ਵਿੱਚ ਕੋਈ ਵੀ ਲਾਲੀ ਹੁੰਦੀ ਹੈ ਜਾਂ ਕੋਈ ਵੀ ਰੜਕ ਪੈ ਰਹੀ ਹੈ, ਫਿਰ ਉਹਨਾਂ ਹਾਲਤਾਂ 'ਚ ਆਪਾਂ ਨੂੰ ਲੈਂਸ ਨਹੀਂ ਪਾਉਣਾ, ਅਤੇ ਜਾ ਕੇ ਡਾਕਟਰ ਨੂੰ ਦਿਖਾਉਣਾ, ਅਤੇ ਫਿਰ ਜਿਵੇਂ ਉਹ ਐਡਵਾਈਸ ਕਰਦੇ ਉਵੇਂ ਆਪਾਂ ਨੂੰ ਕਰਨਾ ਚਾਹੀਦਾ। ਲੈਂਸਿਸ ਦੇ ਉੱਤੇ ਕਾਫ਼ੀ ਜ਼ਿਆਦਾ ਜਿਹੜੇ ਆਈ ਡਰੋਪਸ ਹੈ ਉਹ ਆਪਾਂ ਲੈਂਸ ਦੇ ਉੱਤੇ ਨਹੀਂ ਪਾ ਸਕਦੇ, ਅਤੇ ਉਸ ਟਾਈਮ ਦੇ ਉੱਤੇ ਜਦੋਂ ਆਪਾਂ ਦਵਾਈ ਚੱਲਦੀ ਹੈ ਤਾਂ ਲੈਂਸ ਨਹੀਂ ਪਾਉਣੇ, ਨਹੀਂ ਤਾਂ ਫਿਰ ਲੈਂਸ ਖਰਾਬ ਹੋ ਜਾਂਦੇ ਆ। ਅਤੇ ਅੱਜ ਕੱਲ੍ਹ ਜਿਹੜੇ ਮੈਜੋਰਿਟੀ ਲੈਂਸ ਹੈ ਨਾ ਜਿਹੜੇ ਲਾਈਦੇ ਆ, ਉਹ ਮੰਥਲੀ ਡਿਸਪੋਜ਼ੇਬਲ ਹੈ, ਮਤਲਬ ਮਹੀਨੇ ਬਾਅਦ ਆਪਾਂ ਨੇ ਨਵਾਂ ਪੈਕ ਲਾਉਣਾ। ਅਤੇ ਕਈ ਲੋਕ ਨਾ ਜਾਂ ਤਾਂ ਭੁੱਲ ਜਾਂਦੇ ਆ ਜਾਂ ਥੋੜ੍ਹਾ ਸਰਫੇ ਦੇ ਚੱਕਰ 'ਚ ਦੋ ਦੋ ਤਿੰਨ ਤਿੰਨ ਮਹੀਨੇ ਚਲਾਉਂਦੇ, ਉਹਦੇ ਨਾਲ ਫਿਰ ਅੱਖ 'ਚ ਇਨਫੈਕਸ਼ਨ ਦਾ ਰਿਸਕ ਵੱਧ ਜਾਂਦਾ।